ਗਲਤੀ ਨਾਲ ਦੋ ਡਾਇਬੀਟਿਕ ਨਾਲ ਵਿਆਹ ਕਰਾ ਲਿਆ ਦੋ ਸ਼ੂਗਰ ਵਾਲੇ ਬੀਵੀ ਨਾਲ ਕਰਾ ਲਿਆ ਦੋ ਕਾਲੇ ਬੂਤੀ ਵਾਲੇ ਵਿਆਹ ਨਾਲ ਕਰਾ ਲਿਆ ਐਸੀਆਂ ਦੋ ਸ਼ਖਸੀਅਤਾਂ ਦੇ ਆਪੂ ਜੀ ਮੇਲਣਾ ਹੋ ਜਵੇ ਜਿਨ੍ਹਾਂ ਨੂੰ ਦੋ ਇੱਕੋ ਜੀ ਬਿਮਾਰੀ ਹੋਵੇ ਤੇ ਉਹ ਫਿਰ ਤੂਫਾਨ ਆਣਾ ਆ ਸਭ ਤੋਂ ਜ਼ਿਆਦਾ ਹੁਣ ਕਾਮਨ ਸਭ ਤੋਂ ਜ਼ਿਆਦਾ ਜਿਹੜੀ ਡਿਜ਼ੀਜ਼ ਹੈ ਉਹ ਡਰਾਇਨੈਸ ਹੈ ਜਿਹਨੂੰ ਆਪਾਂ ਬਹੁਤੀ ਵੱਡੀ ਬਿਮਾਰੀ ਨਹੀਂ ਸਜਦੇ ਪਰ ਤੰਗ ਬੜਾ ਕਰਦੀ ਹੈ ਬਹੁਤ ਦੂਜੀਆਂ ਬਿਮਾਰੀਆਂ ਨੂੰ ਜਨਮ ਦਿੰਦੀ ਹੈ ਜੇ ਸਹੀ ਸਮੇਂ ਦੇ ਉੱਤੇ ਕਾਲੇ ਮੋਤੀ ਦਾ ਇਲਾਜ ਕਰੀ ਤਾਂ ਇਲਾਜ ਹੈਗਾ ਤੁਹਾਡੇ ਦਾ ਬਿਲਕੁਲ ਹੈ ਜੀ ਬਿਲਕੁਲ ਇਲਾਜ ਹੈ ਮੈਂ ਫਿਰ ਕਹਿਣਾ ਪਿਛਲੇ 20 ਸਾਲ ਤੋਂ ਅਸੀਂ ਬਹੁਤ ਘੱਟ ਲੋਕ ਨੇ ਜਿਹੜੇ ਕਾਲੇ ਮੋਤੀ ਦਾ ਅੰਨੇ ਹੋਏ ਨੇ ਆਪ ਡਾਕਟਰ ਨਾਲ ਬੋਲੋ ਫਿਰ ਕੈਂਪ ਆਊਗਾ ਆਪਾਂ ਆਪਰੇਸ਼ਨ ਕਰਾਵਾਂਗੇ ਸੋ ਲੁੱਟੜ ਵਾਲਾ ਬੜਾ ਛਾਤਰ ਹੈ ਤੇ ਲੁੱਟ ਜਾਣ ਵਾਲਾ ਵਿਚਾਰਾ ਸਿੱਧਾ ਆ ਇਸ ਤੋਂ ਬਚਣਾ ਹੈ ਇਹ ਸਭ ਦੀ ਮੋਟੀ ਸੰਭਾਲਿਆ ਪ੍ਰਾਈਮੇਸ਼ੀਆ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਆਨੰਦਪ੍ਰੀਤ ਸਿੰਘ ਪ੍ਰੋਗਰਾਮ ਲੈ ਕੇ ਹਾਜ਼ਰਾਂ ਜੀ ਪ੍ਰਾਈਮ ਹੈਲਥ ਤੁਸੀਂ ਜਾਣਦੇ ਹੋ ਕਿ ਹੈਲਥ ਰਿਗਾਰਡਿੰਗ ਇਸ ਪ੍ਰੋਗਰਾਮ ਦੇ ਵਿੱਚ ਗੱਲਾਬਾਤਾਂ ਹੋਣਗੀਆਂ ਤੇ ਅੱਜ ਸਾਡੇ ਨਾਲ ਡਾਕਟਰ ਬਲਬੀਰ ਸਿੰਘ ਭੋਰਾ ਸਾਹਿਬ ਨੇ ਸਟੂਡੀਓ ਦੇ ਵਿੱਚ ਬਿਰਾਜ਼ਮਾਨ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਨਾ ਤੇ ਅੱਖਾਂ ਦੇ ਮਾਹਰ ਡਾਕਟਰ ਨੇ 50 ਸਾਲ ਦਾ ਇਹਨਾਂ ਦੇ ਕੋਲ ਤਜਰਬਾ ਤੇ ਤਜਰਬੇ ਦਾ ਇਸ ਇਲਾਹਾਤ ਜ਼ਰੂਰ ਲੈਣਾ ਹੀ ਲੈਣਾ ਪਰ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਦਾ ਸਵਾਗਤ ਅਰਸ਼ਾ ਬਹੁਤ ਬਹੁਤ ਸਵਾਗਤ ਜੀ ਸਵਾਗਤ ਹੈ ਜੀ ਨੰਦਪੀਰ ਸਿੰਘ ਜੀ ਤੁਹਾਡਾ ਤੁਹਾਡੀ ਟੀਮ ਦਾ ਕਮਨ ਜੀ ਦਾ ਜਿਹਨਾਂ ਰਾਹੀਂ ਇਹ ਸੰਭਵ ਹੁੰਦਾ ਕਿ ਲੱਖਾਂ ਲੋਕਾਂ ਦੇ ਰੂਬਰੂ ਹੋਈਏ ਔਰ ਜਿਹੜੀ ਅਸੀਂ ਗੱਲਾਂ ਜੋ ਕੁਝ ਸਾਨੂੰ ਨੌਲੇਜ ਹੈ ਪਰਮਾਤਮਾ ਨੇ ਦਿੱਤੀ ਆ ਸੰਗਤਨੀ ਦਿੱਤੀ ਹੈ ਸੋਸਾਇਟੀ ਨੇ ਸਾਨੂੰ ਬਣਾਇਆ ਡਾਕਟਰ ਉਹਨੂੰ ਅਸੀਂ ਪ੍ਰੀਪੇ ਕਰ ਸਕੀਏ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਸਿੱਧਾ ਜਿਹਾ ਸਵਾਲ ਕਰਨਾ ਅੱਖਾਂ ਦੀ ਸਾਂਭ ਸੰਭਾਲ ਲਈ ਕੀ ਕਰਨਾ ਚਾਹੀਦਾ ਨਦੀ ਜੀ ਸਵਾਲ ਤੇ ਤੁਸੀਂ ਬੜਾ ਛੋਟਾ ਦੋ ਗੱਲਾਂ ਇਹਦਾ ਦੱਸਦਾ ਪਰ ਇਹਦਾ ਜਵਾਬ ਤੇ ਬਹੁਤ ਵੱਡਾ ਹੁੰਦਾ ਹੈ ਬਿ ਸਭਾਲ ਕੇ ਇਸ ਚੀਜ਼ ਦੀ ਕੋਈ ਚੀਜ਼ ਦੀ ਸੰਭਾਲ ਬੜੀ ਲੰਬੀ ਚੌੜੀ ਹੁੰਦੀ ਹੈ ਪਰ ਆਪਾਂ ਥੋੜੇ ਲਫ਼ਜ਼ਾ ਜਿਹੜਾ ਦੱਸ ਸਕਦੇ ਆ ਪਹਿਲੀ ਗੱਲ ਇਹ ਇੱਥੇ ਮੈਂ ਇਹ ਗੱਲ ਕਹਿਣੀ ਚਾਹੁੰਨਾ ਜਿਹੜੀ ਕਿ ਕਿਸੇ ਦੇ ਬਹੁਤੀ ਗੱਦੀ ਸਮਝੀ ਨਹੀਂ ਕਿ ਆਪਾਂ ਜਦੋਂ ਵਿਆਹ ਸ਼ਾਦੀ ਕਰਦੇ ਕੁੰਡਲੀਆਂ ਮਣਾਉਂਦੇ ਆ ਜਾਤਾਂ ਮਣਾਉਂਦੀਆਂ ਪਿੰਡ ਨਾ ਇੱਕ ਹੋਵੇ ਗੋਤਰਾ ਇੱਕ ਹੋਵੇ ਮੈਨੂੰ ਲੱਗਦਾ ਸਾਇੰਟਿਫਿਕ ਸੀਰ ਸ਼ਾਇਦ ਸੰਭਵ ਹੋ ਕੇ ਅਸੰਭਵ ਆ ਮੈਨੂੰ ਪਤਾ ਨਹੀਂ ਪਰ ਪ੍ਰੀ ਮੈਰਿਟਲ ਕਾਉਂਸਲਿੰਗ ਜਿਹੜੀ ਆ ਨਾ ਜਿਹੜੀ ਬਾਹਲੇ ਦੇਸ਼ਾਂ 'ਚ ਹੁੰਦੀ ਆ ਕਾਉਂਸਲਰ ਹੁੰਦੇ ਨੇ ਵਿਆਹ ਤੋਂ ਪਹਿਲਾਂ ਲੋਕ ਚਾਹੁੰਦੇ ਨੇ ਉਹਦੇ ਵਿੱਚ ਹੋਣਾ ਚਾਹੀਦਾ ਕਿਤੇ ਗਲਤੀ ਨਾਲ ਦੋ ਡਾਇਬੀਟਿਕ ਨਾ ਵਿਆਹ ਕਰਾ ਲਾ ਦੋ 슈ਗਰ ਵਾਲੇ ਬਿਮਾਰਾ ਨਾ ਕਰਾ ਲੈਣਾ ਦੋ ਕਾਲੇ ਮੋਤੀ ਵਾਲੇ ਵਿਆਹ ਨਾ ਕਰਨ ਦੋ ਪੈਥੋਲੋਜੀਕਲ ਮਾਪੇ ਆਪਾਂ ਜਿਹੜੀ ਗੱਲ ਕਰ ਰਹੇ ਸੀ ਇਹਨਾਂ ਕਾਹਦੇ ਇੱਕ ਪੈਥੋਲੋਜੀਕਲ ਮਾਪੇ ਹੁੰਦੇ ਜਿਹੜਾ ਹੈਰਿਡਿਟੀ ਹੁੰਦਾ ਤੇ ਤੇ ਉਹ ਦੋ ਵਿਆਹ ਨਾ ਕਰਨ ਸੋ ਐਸੀਆਂ ਦੋ ਸਖਸ਼ੀਰਤਾ ਦੇ ਆਪੋ ਜੀ ਮੇਲ ਨਾ ਹੋ ਜAVE ਜਿਨ੍ਹਾਂ ਨੂੰ ਦੋ ਇੱਕੋ ਜੀ ਬਿਮਾਰੀ ਹੋਵੇ ਤੇ ਉਹ ਫਿਰ ਤੂਫਾਨ ਆਣਾ ਆ 7 ਵਜੇ ਇੱਕ ਡਾਇਬਟੀਕੂ ਦੂਜਾ ਵੇਕੋ ਬਹੁਤਾ ਫਰਕ ਨਹੀਂ ਪੈਂਦਾ ਜੀ ਸੋ ਜਿਹੜੀ ਸੰਭਾਲ ਦੀ ਪਹਿਲੀ ਗੱਲ ਜਿਹੜੀ ਉਹ ਜਨਮ ਤੋਂ ਪਹਿਲਾਂ ਹੀ ਹੋ ਗਈ ਜਿਹੜੀ ਮੈਂ ਤੈਨੂੰ ਗੱਲ ਕੀਤੀ ਅਜੇ ਜਨਮ ਅਜੇ ਵਿਆਹ ਹੋਣਾ ਤੇ ਬੱਚਾ ਤਾਂ ਪੈਦਾ ਹੋਣਾ ਹੈ ਪਰ ਸੰਭਾਲ ਉਹਦੀ ਜਨਮ ਤੋਂ ਪਹਿਲਾਂ ਆ ਗਈ ਫੇ ਬੱਚਾ ਪੈਦਾ ਹੋਇਆ ਜਿਸ ਦਿਨ ਬੱਚਾ ਪੈਦਾ ਹੋਇਆ ਉਦੋਂ ਹੀ ਡਾਕਟਰ ਆ ਕੇ ਦੇਖੇ ਚੰਗੀ ਤਰ੍ਹਾਂ ਦਵਾਈ ਪਾ ਕੇ ਕਿ ਉਹਦੇ ਅੱਖਾਂ ਪਰ ਠੀਕ ਨੇ ਤੇ ਚਿੱਟਾ ਮੋਤੀ ਇਹ ਤਾਂ ਨਹੀਂ ਕਾਲਾ ਮੋਤੀ ਇਹ ਨਹੀਂ ਕਿਉਂਕਿ ਜਨਮ ਵਿੱਚ ਸਭ ਬਹੁਤ ਸਾਰੀਆਂ ਬਵਾਨੀ ਜੋ ਅਸੀਂ ਗੱਲਾਂ ਕਰਦੇ ਬੁੱਢਿਆਂ ਦੀ ਗੱਲਾਂ ਕਰਦੇ ਹੋ ਸਕਦੀਆਂ ਔਰ ਪਰਸੈਂਟੇਜ ਬੜੀ ਕੱਟ ਹੁੰਦੀ ਹੈ। ਇਹ ਆਰੋਪੀ ਜਿਹੜਾ ਜਿਹਨੂੰ ਅਸੀਂ ਰੈਟਨਾ ਦੀ ਕੋ ਬਿਮਾਰੀ ਅੱਜ ਕੱਲ ਜਿਹੜੇ ਬੱਚੇ ਪੈਦਾ ਹੋ ਰਹੇ ਨੇ ਪ੍ਰੀਮਚੂਰ ਬੱਚੇ ਉਹਨਾਂ 'ਚ ਬੜੀ ਕਾਮਨ ਹੈ। ਸੋ ਜਨਮ ਤੇ ਹੋ ਗਈ। ਫੇਰ ਸਕੂਲ ਜਾਣ ਦੀ ਗੱਲ ਹੋ ਗਈ ਫੇਰ ਰੈਟਨਾ ਦੇਖਣ ਦੀ ਲੋੜ ਆ ਕੇ ਇਹਦੇ ਕੋ ਨੁਕਸਾਨ ਨਾ ਹੋਵੇ। ਫੇਰ ਉਹਦੀ ਪਰਸਨੈਲਿਟੀ ਡਵੈਲਪਮੈਂਟ ਜੇ ਨਾ ਰੁਕ ਜਾਏ ਕਿ ਉਹਨੂੰ ਮਾਇਪੀ ਹੋਗਾ ਉਹਦੀ ਦੁਨੀਆ ਛੋਟੀ ਜੀ ਰਹਿ ਜਾਊਗੀ ਮਾਇਨੇ ਸੈਂਕੜਾ ਦੇ ਜੀਉ ਨੇ ਐਨਕ ਨਾ ਨੀ ਐਨਕ ਲਾ ਦਿਓ। ਸੋ ਇਹ ਤੇ ਛੋਟੇ ਬੱਚੇ ਤੋ ਬੱਚੇ ਜਨਮ ਤੋਂ ਪਹਿਲਾਂ ਹੀ ਸੰਭਾਲ ਸ਼ੁਰੂ ਹੋ ਗਈ ਆ ਫਿਰ ਸ਼ਾਦੀ ਦੀ ਗੱਲ ਹੋ ਗਈ ਜਿਹੜੀ ਮੈਂ ਪਹਿਲਾਂ ਕਹਿ ਚੁੱਕਾ ਦੋ ਸਿਕਸੀਸਾਂ ਦਾ ਜਿਨ੍ਹਾਂ ਦਾ ਕੋਈ ਜੀ ਬਿਮਾਰੀ ਨਾ ਹੋਵੇ ਫਿਰ ਉਸ ਤੋਂ ਬਾਅਦ ਜਿਹੜੇ ਦੋ ਪਰਿਵਾਰਾਂ ਦੇ ਵਿੱਚ ਸ਼ੂਗਰ ਦੀ ਬਿਮਾਰੀ ਆ ਉਹਦੇ ਜਿਹੜੇ ਗਾਂ ਬੱਚੇ ਨੇ ਉਹਨਾਂ ਦਾ ਤੇ ਅੰਦਰ ਅ ਨਵਾਂ ਡੇਵੀ ਜਿਹੜੇ ਨੇ ਜੇ 40 ਸਾਲ ਤੋਂ ਉਮਰ ਵਾਲੇ ਨੇ ਜੇ ਸ਼ੂਗਰ ਉਹਨਾਂ ਦੇ ਪਰਿਵਾਰ ਚ ਹੈਗੀ ਜਾਂ ਉਹਨੂੰ ਸ਼ੂਗਰ ਹੈਗੀ ਆ ਤੇ ਹਰ 6 ਮਹੀਨੇ ਬਾਅਦ ਮਾਨਾ ਕਰਾਇਆ ਜਾਵੇ ਕਾਲੇ ਮੋਤੀਆਂ ਦਾ ਵੀ ਇਸ ਤਰ੍ਹਾਂ ਉਹਨਾਂ ਨੂੰ ਮਾਨਾ ਕਰਾਇਆ ਜਾਵੇ ਜੇ ਉਹ ਮੈਥਾਲੋਜੀਕਲ ਮਾਪੀ ਵਾਲਿਆਂ ਦਾ ਮੁਆਇਨਾ ਕਰਾਇਆ ਜਾਵੇ ਪ੍ਰੋਐਂਟਿਵ ਮੈਡੀਸਨ ਜਿਹਨੂੰ ਕਹਿੰਦੇ ਬਿਮਾਰੀ ਨਹੀਂ ਲਾਜ ਪਰਹੇਜ਼ ਜਿਹੜਾ ਹੈ ਪਰਹੇਜ਼ ਦੇ ਵਿੱਚ ਉਹ ਕੀਤਾ ਜਾਵੇ ਇਹ ਸਭ ਤੋਂ ਵੱਡੀ ਸੰਭਾਲ ਹੈ ਬਾਕੀ ਇਸ ਤੋਂ ਬਾਅਦ ਜਿਹੜੀ ਸਭ ਤੋਂ ਜ਼ਿਆਦਾ ਹੁਣ ਕਾਮਨ ਸਭ ਤੋਂ ਜ਼ਿਆਦਾ ਜਿਹੜੀ ਡਿਜ਼ੀਜ਼ ਹੈ ਉਹ ਡਰਾਈਨੈਸ ਹੈ अच्छा जी राइट ने ਜਿਹਨੂੰ ਆਪਾਂ ਬਹੁਤੀ ਵੱਡੀ ਬਿਮਾਰੀ ਨਹੀਂ ਸਜਦੇ ਪਰ ਤਗ ਬੜਾ ਕਰਦੀ ਆ ਬਹੁਤ ਦੂਜੀਆਂ ਬਿਮਾਰੀਆਂ ਨੂੰ ਜਨਮ ਦਿੰਦੀ ਆ ਉਹ ਇੱਕ ਲਾਈਫ ਸਟਾਈਲ ਡਿਜ਼ ਆ ਕਈਆਂ ਨੂੰ ਸਰਦੀਆਂ ਚ ਹੁੰਦੀ ਆ ਕਈਆਂ ਨੂੰ ਗਰਮੀਆਂ ਚ ਵੀ ਹੁੰਦੀ ਆ ਇਹਨਾਂ ਵਿੱਚ ਜਦੋਂ ਮਰਜੀ ਹੋ ਸਕਦੀ ਆ ਅੱਖਾਂ ਦੇ ਖੁਸ਼ਕੀ ਸਰਦੀਆਂ ਚ ਕਾਰਨ ਆ ਕਿ ਆਪਾਂ ਹੀਟਰ ਲਾ ਲਿਆ ਤੇ ਹਵਾ ਸਿੱਧੀ ਪੈ ਰਹੀ ਆ ਗਰਮੀਆਂ ਚ ਆਪਾਂ ਏਸੀ ਲਗਾ ਲਿਆ ਤੇ ਹਵਾ ਸਿੱਧੀ ਪੈ ਰਹੀ ਆ ਤੋ ਕਦੀ ਵੀ ਹੋ ਸਕਦੀ ਆ ਔਰ ਜਿੱਥੇ ਮੌਸਰ ਘਟ ਆ ਏਸੀ ਲਾਤਾ ਦੇਖੋ ਕਿਦਾਂ ਪਾਣੀ ਘੜੇ ਘੜੇ ਬਾਹਰ ਸੁੱੜਦਾ ਸਾਰਾ ਮੌਸਰ ਘਟ ਲਿਆ ਉਹਨੇ ਉਹਦਾ ਬੜਾ ਸਿੱਧਾ ਜਿਹਾ ਇਲਾਜ ਹੈ ਕਮਰੇ ਦੇ ਵਿੱਚ ਇੱਕ ਖੁੱਲੀ ਪਰਾਤ ਰੱਖ ਜੋ ਪਾਣੀ ਦੀ ਕੁਛ ਮੋਆਸ਼ਰ ਆਉਣਾ ਸ਼ੁਰੂ ਹੋ ਜਾਏ ਹੁਣ ਤੇ ਵੈਸੇ ਬਾਜ਼ਾਰ ਵਿੱਚ ਪਹਿਲਾਂ ਡੀਹਾਈਡਰੇਸ਼ਨ ਵਾਲੇ ਹੁੰਦੇ ਹਾਈਡਰੇਸ਼ਨ ਵਾਲੀ ਮਸ਼ੀਨਾਂ ਮਿਲਣ ਲੱਗ ਪਈਆਂ ਉਹੀ ਬਿਮਾਰੀਆਂ ਸੀ ਆਪੇ ਪੈਦਾ ਕਰਕੇ ਫਿਰ ਉਹਦਾ ਇਲਾਜ ਕਰਦੇ ਆ ਸੋ ਇਹ ਹੈ ਜਿਹੜਾ ਕਿ ਸਾਮ ਸੁਭਾਲ ਦੇ ਵਿੱਚ ਬਹੁਤ ਕੁਝ ਹੈਗਾ ਉਹਦਾ ਤੇ ਜਿਹੜੀ ਡਰਾਈਨੈਸ ਹੋਈ ਗਈ ਹੈ ਤੇ ਕੋਈ ਦਵਾਈ ਪਾਣੀ ਸ਼ੁਰੂ ਕਰ ਦਿਓ ਜੇ ਹੰਝੂ ਬਿਲਕੁਲ ਖਤਮ ਹੋ ਗਏ ਤੇ ਆਪੋ ਹੋਰ ਉਹਦਾ ਇਲਾਜ ਕਿਉਂ ਕਰਦੀਏ ਇਹ ਸਾਰੀ ਸੰਭਾਲ ਬਹੁਤ ਲੰਮਾ ਚੜਾ ਵਿਸ਼ਾ ਤਾਂ ਹੈ ਪਰ ਇਹ ਜੇ ਆਪਾਂ ਸਮਝ ਲਈ ਕਿ ਲਾਈਫ ਸਟਾਈਲ ਚੇਂਜ ਨੂੰ ਸਮਝਣ ਦੀ ਲੋੜ ਹੈ ਔਰ ਚੇਂਜ ਕਿਸ ਹੱਦ ਤੱਕ ਆਪਾਂ ਕਰ ਸਕਦੇ ਹਾਂ ਜਿਹੜਾ ਜਿਹਦਾ ਕੰਮ ਹੀ ਕੰਪਿਊਟਰ ਤੇ ਹੁਣ ਉਹਨੂੰ ਨੌਕਰੀ ਥੋੜੀ ਛਡਾ ਦੇਣੀ ਹੈ ਉਹਨੂੰ ਅਸੀਂ ਕਹਿੰਨੇ ਵੇਦਾ ਕਰਿਆ ਕਰੋ ਵੀ 10 ਮਿੰਟ ਬਾਅਦ 1 ਮਿੰਟ ਲਈ 10 ਸੈਕਿੰਡ ਲਈ ਦੂਰ ਦੇਖ ਲਿਆ ਕਰੋ ਦਵਾਈ ਪਾ ਲਿਆ ਕਰੋ ਥੋੜਾ ਅੱਖਾਂ ਨੂੰ ਬੰਦ ਕਰ ਲੋ ਰੈਸਟ ਕਰ ਲੋ ਇੱਕ 5 ਜਾਂ 4 ਸਕਿੰਟ ਦਾ ਹੀ ਤੁਸੀਂ ਆਰਾਮ ਕਰ ਲੋ 20 ਮੀਟਰ ਤੇ 20 ਸਕਿੰਟ ਲਈ ਅਸੀਂ ਕਹਿੰਦੇ 20 20 ਦੀ ਇੱਕ ਵਾਸੇ ਫਾਰਮੂਲਾ ਬਣਾਇਆ 20 ਸਕਿੰਟ ਤੇ 20 ਮੀਟਰ ਤੇ ਜਾ ਕੇ ਦੇਖੋ ਤੇ 20 ਮੀਟਰ 20 ਸਕਿੰਟ ਲਈ ਤੁਸੀਂ ਆਰਾਮ ਕਰ ਲੋ ਛੋ ਇਸ ਤਰ੍ਹਾਂ ਦੀਆਂ ਬਹੁਤ ਸਈਆਂ ਹੁਣ ਜਿੱਟਾ ਬੁੱਤੀ ਜੇ ਹੋ ਗਿਆ ਉਹਦੀ ਸਾਫਤਵਾਰ ਕੀ ਆ ਕੋਈ ਜ਼ਰੂਰੀ ਨਹੀਂ ਵੀ ਡਾਕਟਰ ਨੂੰ ਜਰੂਰ ਦਿਖਾ ਦਿਓ ਪੇ ਚਿੱਟਾਈ ਆ ਕਾਲਾ ਤਾਂ ਨਹੀਂ ਕਿਤੇ ਆਪੇ ਡਾਕਟਰ ਨਾ ਬਣੋ ਆਪ ਡਾਕਟਰ ਨਾ ਬਣੋ ਫੇਰ ਕੈਂਪ ਪਾਊਗਾ ਆਪਾਂ ਆਪਰੇਸ਼ਨ ਕਰਾਵਾਂਗੇ ਤੇ ਉਹ ਮੌਸਮ ਦੀ ਗੱਲ ਵੀ ਮੌਸਮ ਚੰਗਾ ਹੋਊ ਤਾਂ ਫੇਰ ਕੈਂਪ ਲੱਗਣਗੇ ਉਹ ਤੇ ਉਸ ਦਾ ਵੇਲੇ ਵਾਈਰ ਗੁਰੂ ਖਾਲਸਾ ਹੀ ਹੋ ਜਾਏ ਵੀ ਉਹ ਬੂੜ ਕੇ ਅੱਖ ਬੰਨ ਵਾਲੀ ਨਾ ਰਹਿ ਜਾਏ ਉਹ ਆਪਾਂ ਨੂੰ ਨਹੀਂ ਕਰਨਾ ਚਾਹੀਦਾ ਸੋ ਇਹ ਗੱਲਾਂ ਨੇ ਆਪਣੇ ਅੱਖ ਦੇ ਖਾ ਕੇ ਡਾਕਟਰ ਨੂੰ ਡਾਕਟਰ ਚੰਗਾ ਹੋਵੇ ਤੇ ਉਹ ਵੀ ਚੰਗਾ ਹੋਵੇ ਜਿਹੜਾ ਦੱਸ ਦੇ ਵੀ ਹਾਂ ਵੀ ਤੈਨੂੰ ਥੋੜਾ ਜਿਹਾ ਹੈਗਾ ਤੇਰਾ ਕੰਮ ਚੱਲਦਾ ਆ ਇਹਨਾਂ ਲੱਖ ਜੀ گزارਾ ਕਰ ਲੈ ਆ ਦਵਾਈ ਪਾਲਾ ਬਾਕੀ ਜਿਹੜੀ ਸਭ ਤੋਂ ਵੱਡੀ ਗੱਲ ਉਹ ਜਿਹੜੇ ਜੋ ਨੀਮ ਹੈ ਖਤਰਾ ਨੀਮ ਹਕੀਮ ਖਤਰਾਏ ਜਾਨ ਜੇ ਤੂੰ ਮਰਜੀ ਦਾਰੂ ਲੈ ਲੈ ਸਪਾਣਾ ਦਾਰੂ ਚਿੱਟਾ ਦਾਰੂ ਲਾਲ ਦਾਰੂ ਛੇ ਹੋਇਆ ਉਹ ਬਸਾਂ ਦੇ ਵਾਲੇ ਵੇਚਣ ਵਾਲੇ ਉਹ ਨਾ ਪਾਉ ਹੋਸਾ ਦਾ ਉਹਦੇ ਵਿੱਚ ਸਾਨੂੰ ਕੋਫੰਗਸ ਡਿਜ਼ੀਜ਼ ਦੇ ਦੇ ਤੇ ਤੁਹਾਡੀ ਜ਼ਿੰਦਗੀ ਖਰਾਬ ਹੋ ਜਾਏ ਜਾਂ ਜੋ ਇਹਨਾਂ ਦਾ ਤੋੜਨ ਵਾਲਿਆਂ ਦੇ ਕਿਤੇ ਕਾਬੂ ਨਾ ਆਜੋ ਕਈ ਵਾਰ ਕਈ ਵਾਰ ਨਾ ਇਹੋ ਜਿਹੀ ਇੱਕ ਉਦਾਹਰਣਾ ਮਿਲਦੀ ਹੈ ਜੀ ਫਲਾਣਾ ਦੇ ਫਲਾਣਾ ਦੇ ਫਲਾਣਾ ਬੰਦਾ ਸੀਗਾ ਜੀ ਉਹਦੀ ਠੀਕ ਹੋ ਗਈ ਜੀ ਉਹ ਪਤਾ ਦਿੱਸਦਾ ਕਿਤੇ ਨਹੀਂ ਬੰਦਾ ਨਹੀਂ ਲੱਭ ਸਕਦਾ ਉਹ ਬਸ ਹਵਾ ਜੀ ਗੱਲਾ ਹੈ ਹੀ ਆ ਹਾਂ ਸੋ ਲੁੱਟਰ ਵਾਲਾ ਬੜਾ ਸ਼ਾਤਰ ਹੈ ਤੇ ਲੋਟਰ ਜਾੜ ਵਾਲਾ ਵਿਚਾਰਾ ਸਿੱਧਾ ਆ ਇਸ ਤੋਂ ਬਚਣਾ ਹੈ ਇਹ ਸਭ ਦੀ ਮੋਟੀ ਸੰਭਾਲਿਆ ਇਹ ਹਰ ਹਰ ਵਿਸ਼ੇ ਤੇ ਆ ਮਤਲਬ ਡਾਕਟਰ ਹੋਵੇ ਚੰਗਾ ਨਾ ਹੋਵੇ ਇਥੇ ਗੱਲ ਬਾਤ ਇਹ ਵੀ ਖਤਰਾ ਹੀ ਘਾਟ ਜਿਆਦਾ ਹੈ ਹੋ ਇਹ ਵੀ ਇਹ ਅੱਜ ਕੱਲ ਇਹ ਵੀ ਜ਼ਿਆਦਾ ਹੋ ਗਿਆ ਨਾ ਕਿ ਆ ਕੀ ਕਰੀਏ ਕੀ ਨਾ ਕਰੀਏ ਹੈ ਨਾ ਕਿਉਂਕਿ ਹਰ ਤਰ੍ਹਾਂ ਦੇ ਡਾਕਟਰ ਨੇ ਕਈ ਕਈ ਵਾਰ ਤਾਂ ਇਦਾਂ ਵੀ ਹੁੰਦੇ ਨੇ ਇਹ ਜੀ ਮੈਂ ਫਲਾਣੀ ਦਵਾਈ ਪਾਈ ਸੀ ਫਲਾਣੀ ਦਵਾਈ ਬਹੁਤ ਵਧੀਆ ਉਹ ਤੁਸੀਂ ਪਾ ਕੇ ਦੇਖੋ ਅੱਖ 'ਚ ਉਹ ਪਾਪੇ ਪਾਣੀ ਸ਼ੁਰੂ ਕਰ ਦਿੰਦੇ ਆ ਉਹਨੇ ਅੱਖਾਂ 'ਚ ਖੁਸ਼ਕੀ ਆ ਇਹ ਦਵਾਈ ਮੈਂ ਪਾਈ ਸੀ ਇਹ ਠੀਕ ਹੋਣ ਲੱਗ ਪਈ ਉਹ ਅਸੀਂ ਦੇਖਿਆ ਨਹੀਂ ਤਾਂ ਭਿੰਨੇ ਦਿਨ ਪਾਣੀ ਆ ਇਹਨੇ ਇਹਨੂੰ ਘਟਾਉਣਾ ਆ ਉਹਨਾਂ ਕੋਈ ਨਹੀਂ ਚੰਗੀ ਸੀ ਦਾਰੂ ਹਰ ਚੰਗੀ ਸਵਾਦ ਚੀਜ਼ ਚੰਗੀ ਨਹੀਂ ਹੁੰਦੀ ਇਸ ਲਈ ਤੋ ਬਚਣਾ ਚਾਹੀਦਾ ਸੈਲਫ ਮੈਡੀਕੇਸ਼ਨ ਦੀ ਤੁਸੀਂ ਗੱਲ ਕਰ ਰਹੇ ਨਹੀਂ ਕਰਨਾ ਚਾਹੀਦੀ ਤੇ ਇਹ ਜੀ ਸੰਭਾਲ ਜਿਹੜੀ ਹੈ ਸੰਭਾਲ ਸਿਰਫ ਅੱਖਾਂ ਦੀ ਨਹੀਂ ਬੰਦੇ ਦੀ ਆਪਣੀ ਸੋਚ ਦੀ ਸੰਭਾਲ ਆ ਜੇ ਉਹਨੂੰ ਮੇਰਾ ਇੱਕ ਟੀਚਰ ਹੁੰਦਾ ਸੀ ਉਹ ਕਹਿੰਦਾ ਸੀ ਕਿ ਦੁਨੀਆ ਦੀ ਸਭ ਤੋਂ ਵੱਡੀ ਬਿਮਾਰੀ ਕੀ ਆ ਤੋ ਸਾਡੇ ਅਸੀਂ ਉਹ ਪੁੱਛੇ ਸੀ ਤੇ ਜਵਾਬ ਦੇਈਏ ਤੇ ਸਾਨੂੰ ਕਹਿੰਦਾ ਉਹ ਤੁਹਾਡੇ ਤੁਹਾਡੀ ਮਤ ਮਾਰੀ ਗਈ ਮਤ ਮਾਰੀ ਗਈ ਸਾਨੂੰ ਸਟੂਡੈਂਟ ਸੀਗਾ ਜੀ ਸਾਨੂੰ ਫਿਰ ਨਾ ਸਮਝ ਆਈ ਕਿ ਕਹਿਣੇ ਚਾਹੁੰਦੇ ਉਹ ਤੁਹਾਡੀ ਮਤਵਾਰੀ ਗੀ ਅਸੀਂ ਸਮਝ ਆ ਵੀ ਕੀ ਦੱਸੋ ਕਿ ਨਾ ਤੁਹਾਡੀ ਬਿਮਾਰੀ ਸਭ ਤੋਂ ਵੱਡੀ ਬਿਮਾਰੀ ਮਤਵਾਰੀ ਜਾਣੀ ਉਹ ਬਿਮਾਰੀ ਹੈ ਤੁਹਾਡੀ ਤੇ ਇਲਾਜ ਕੀ ਹੈ ਇਲਾਜ ਕੀ ਹੈ ਗਿਆਨਵਾਨ ਹੋਣਾ ਸੋ ਤੁਸੀਂ ਆਰਾਊਂਡ ਸਰਾਊਂਡਿੰਗਸ ਨੂੰ ਸਟੱਡੀ ਕਰੋ ਦੇਖੋ ਤੁਹਾਨੂੰ ਕੋਈ ਲੋਟਰ ਵਾਲਾ ਨਹੀਂ ਤੇ ਕੋਈ ਤੁਹਾਨੂੰ ਗਲਤ ਦੱਸਣ ਵਾਲਾ ਜੋ ਅਸੀਂ ਗੱਲਾਂ ਕਹੀਆਂ ਉੱਤੇ ਜਦੋਂ ਤੁਸੀਂ ਸਿਆਣੇ ਹੋ ਗਏ ਤੇ ਤੁਹਾਨੂੰ ਫਿਰ ਕੋਈ ਵੀ ਲੋਟ ਨਹੀਂ ਸਕਦਾ ਇਸ ਕਰਕੇ ਸੰਵਾਰ ਦੇ ਵਿੱਚ ਸਿਆਣਾ ਨੂੰ ਹੋਣਾ ਗਿਆਨਵਾਨ ਹੋਣਾ ਉਹੀ ਜਿਹੜਾ ਮਤਮਾਰਨ ਤੋਂ ਉਲਟਾ ਗਿਆਨਵਾਨ ਹੋਣਾ ਉਸ ਤੋਂ ਜ਼ਿਆਦਾ ਦੁਨੀਆ ਦੀ ਹਰ ਵਿਸ਼ੇ ਦੇ ਉੱਤੇ ਇਲਾਜ ਹੈ ਸੋ ਤੁਹਾਡਾ ਡਾਕਟਰ ਸਾਹਿਬ ਇੱਕ ਰੋਕੀ ਹੋਵੇ ਤੇ ਉਸ ਤੋਂ ਬਾਅਦ ਅੱਖਾਂ ਦਾ ਕੋਈ ਰੋਗ ਲੱਗ ਜਾਏ ਮਤਲਬ ਬੀਪੀ ਸ਼ੂਗਰ ਉਹ ਦਿਖਾਈ ਸਮੱਸਿਆ ਹੋਵੇ ਤੇ ਫਿਰ ਅੱਖਾਂ ਦੀ ਕੋਈ ਸਮੱਸਿਆ ਹੋ ਜੇ ਤਾਂ ਉਦੋਂ ਤੁਸੀਂ ਇਹਨੂੰ ਡਾਕਟਰੀ ਭਾਸ਼ਾ ਚ ਕਿਵੇਂ ਸਮਝਦੇ ਹੋ ਇਹ ਕਾਬੂ ਕਰਨਾ ਕਿਉਂਕਿ ਸ਼ੂਗਰ ਬੀਪੀ ਇਹ ਚੈਲੰਜ ਹੁੰਦਾ ਤੁਹਾਡੇ ਸਾਹਮਣੇ ਕਿ ਬਹੁਤ ਵੱਡੀ ਗੱਲ ਤੁਸੀਂ ਕਹੀ ਹੈ ਕਿ ਆਪਾਂ ਨੂੰ ਸ਼ੂਗਰ ਹੈਗੀ ਆ ਸ਼ੂਗਰ ਨੇ ਪਤਾ ਨਹੀਂ ਸਾਡੀ ਜ਼ਿੰਦਗੀ ਵਿੱਚ ਕੁਝ ਕਰਨਾ ਕਿ ਨਹੀਂ ਕਰਨਾ ਬਾਅਦ ਤੁਸੀਂ ਇਲਾਜ ਕਰਦੇ ਹੋ ਕੰਟਰੋਲ ਕਰਦੇ ਹੋ ਪਰ ਜੇ ਉਹ ਤੁਹਾਡੀ ਨਜ਼ਰ ਚਲੀ ਗਈ ਨਾ ਤੇ ਫਿਰ ਤੁਹਾਡਾ ਹੋ ਰਹਿ ਕੀ ਗਿਆ ਇਸ ਕਰਕੇ ਅੱਖ ਖਾਲਣੀ ਜ਼ਰੂਰੀ ਹੈ ਬਹੁਤ अर्ਲੀ ਸਟੇਜ ਅਸੀਂ ਡਿਟੈਕਟ ਕਰ ਲੈਣੇ ਉਹਨੂੰ ਅਸੀਂ ਉਹ ਹੀ ਗਿਆਨਵਾਨ ਵਾਲੀ ਗੱਲਾਂ ਵੀ ਅਜਿਹਾ-ਇਜਾ ਧਿਆਨ ਰੱਖਣਾ ਆ ਸ਼ੂਗਰ ਨਵਦਨ ਦੀ ਬਲੱਡ ਪ੍ਰੈਸ਼ਰ ਨਵਦਨ ਦੀ ਜੂ ਆਤਲੀ ਖਰਾਕ ਕੀਤਾ ਕਰੋ ਇਹਨਾਂ ਨੂੰ ਵਿਚਾਲਣਾ ਥੋੜਾ ਜੋ ਹੈ ਤੇ ਅਸੀਂ ਕੋਈ ਮਾੜੀ ਉਟੀ ਲੇਜ਼ਰ ਲਾ ਦੇਾਂਗੇ ਕੋਈ ਟੀਕੇ ਲੱਗ ਜਾਂਦੇ ਨੇ ਬਹੁਤ ਤੁਸੀਂ ਖਰਾਬ ਕਰ ਦਿੱਤੋ ਆਪਰੇਸ਼ਨ ਕਰਦ ਨੇ ਪਰ ਮੈਨੂੰ ਇਹ ਲੱਗਦਾ ਹੁਣ ਜਿਹੜਾ ਮੇਰਾ 50 ਸਾਲ ਦਾ ਐਕਸਪੀਰੀਅੰਸ ਹੈ ਜਾਂ ਪਿਛਲੇ ਪਿਛਲੇ 20 ਸਾਲ ਦਾ ਐਕਸਪੀਰੀਅੰਸ ਹੈ ਵੀ ਕੋਈ ਬੰਦਾ ਬਹੁਤ ਘੱਟ ਹੈ ਜਿਹੜਾ ਜਿਹਨੇ ਧਿਆਨ ਦਿੱਤਾ ਉਹ ਅੰਨਾ ਹੋ ਗਿਆ ਹੋਵੇ 슈ਗਰ ਨਾਲ ਇਸੇ ਤਰ੍ਹਾਂ ਬਲੱਡ ਬਲੱਡ ਪ੍ਰੈਸ਼ਰ ਵਾਲੇ ਤਾਂ ਬਹੁਤ ਘੱਟ ਗਏ ਜਿਹੜੇ ਲੋਕ ਜਿਹਨਾਂ ਨੂੰ ਬਲੱਡ ਪ੍ਰੈਸ਼ਰ ਆਖਾ ਖਰਾਬ ਹੁੰਦੀ ਸੀ ਕੋਈ ਦਿਖਾਉਂਦੇ ਰਹਿੰਦੇ ਉਹਨਾਂ ਨੂੰ ਕੁਝ ਨਹੀਂ ਹੁੰਦਾ ਕਾਲੇ ਮੋਤੀ ਵਾਲੇ ਜਿਹੜੇ ਆਪਾਂ ਕਹਿੰਦੇ ਲਾ ਇਲਾਜ ਹੈ ਵਾਕਈ ਬਿਮਾਰੀ ਲਾ ਇਲਾਜ ਹੈ ਪਰ ਲਾ ਲਾ ਜੀ ਉਹ ਨੂੰ ਸਮਝਦੀ ਲੋੜਾ ਲਾ ਇਲਾਜ ਕੀ ਆ ਉਹ ਇਸ ਕਰਕੇ ਕਿ ਉਹਦੀ ਜੇ ਗਈ ਹੋਈ ਨਜ਼ਰ ਵਾਪਸ ਲਿਆਂਦੀ ਇਸ ਨੂੰ ਲਾ ਲਾਜ ਕਹਿਣਾ ਸ਼ੁਰੂ ਕਰਤਾ ਪਰ ਇੱਕ ਤੇ ਗੱਲ ਪੱਕੀ ਰ ਜਿਹੜੀ ਗਈ ਆ ਜਿਹਦਾ 10% ਜਿਹੜੇ 90% ਤੋਂ ਬਚਾ ਸਕਦੇ ਆ ਇਸ ਕਰਕੇ ਸੰਭਾਲ ਚ ਆ ਗਿਆ ਕਿ 90% ਬਚਾ ਲੋ ਉਹਦੇ ਲਈ ਦਵਾਈਆਂ ਹੈਗੀਆਂ ਨੇ ਉਹਦੇ ਲਈ ਅਸੀਂ ਉਹਨੂੰ ਐਜੂਕੇਟ ਕਰਦੇ ਆ ਜਾਂ ਆਪਰੇਸ਼ਨ ਕਰਦੇ ਆ ਇਲਾਜ ਹੈਗਾ ਜੇ ਸਹੀ ਸਮੇਂ ਦੇ ਉੱਤੇ ਕਾਲੇ ਮੋਤੀ ਦਾ ਇਲਾਜ ਕਰੀ ਤਾਂ ਇਲਾਜ ਹੈਗਾ ਤੁਹਾਡੇ ਬਤ ਬਿਲਕੁਲ ਹੈ ਜੀ ਬਿਲਕੁਲ ਇਲਾਜ ਹੈ ਮੈਂ ਫੇਰ ਕਹਿਣਾ ਪਿਛਲੇ ਵੀਕ ਸਾਲ ਤੋਂ ਅਸੀਂ ਬਹੁਤ ਘੱਟ ਲੋਕ ਨੇ ਜਿਹੜੇ ਕਾਲੇ ਮੋਤੀ ਨਾਲ ਅੰਨੇ ਹੋਏ ਨੇ ਜਿਹੜੇ ਸਾਡੇ ਕੋ ਆਉਂਦੇ ਰਹੇ ਆ ਔਰ ਦਿਖਾਉਂਦੇ ਰਹੇ ਆ ਉਹ ਹੁਗਿਆਨ ਵਰ ਨਾ ਸੂਜਮਾਨ ਹੋ ਗਏ ਸੂਜਮਾਨ ਦਾ ਕੋਈ ਨੁਕਸਾਨ ਨਹੀਂ ਹੋ ਸਕਦਾ ਦੁਨੀਆ 'ਚ ਸੂਜਮਾਨ ਹੋਣਾ ਜ਼ਰੂਰੀ ਹੈ ਅੱਛਾ ਅਖੀਰ ਦੇ ਵਿੱਚ ਤੁਸੀਂ ਸਾਡੇ ਜਿਹੜੇ ਪ੍ਰਾਈਮੇਸ਼ੀਆ ਟੀਵੀ ਦੇ ਪਰਿਵਾਰਕ ਮੈਂਬਰਸ ਜੁੜੇ ਹੋਏ ਨੇ ਸਾਨੂੰ ਦੇਖ ਰਹੇ ਨੇ ਉਹਨਾਂ ਨੂੰ ਡਾਕਟਰ ਬਲਬੀਰ ਸਿੰਘ ਪੋਰਾ ਸਾਬਦੀ ਕੀ ਰਾਏ ਹੈ ਕੀ ਸਲਾਹ ਕੀ ਸਜਾਏ ਪਹਿਲੀ ਵਾਰ ਤਾਂ ਮੈਂ ਹੀ ਪਰਿਵਾਰਕ ਮੈਂਬਰੀ ਆ ਤੁਹਾਡਾ ਤੇ ਮੇਰੇ ਪਰਿਵਾਰ ਆਪਣੇ ਪਰਿਵਾਰ ਦੇ ਜੀਅ ਨੂੰ ਕੀ ਮੇਰੇ ਪਰਿਵਾਰ ਉਹ ਜੀਅ ਨੂੰ ਕਿਹੜਾ ਮਾਰੋ ਜਿਹਨੀਆਂ ਮੈਂ ਗੱਲਾਂ ਕਹੀਆਂ ਤੇ ਧਿਆਨ ਰੱਖੋ ਸੂਝ-ਬਾਨ ਬਣੋ ਤੁਹਾਨੂੰ ਕੋਈ ਲੁੱਟੇ ਨਾ ਤਾਰੂ ਗਲਤ ਕੋ ਦਾਰੂ ਦਵੇ ਨਾ ਤੁਸੀਂ ਗਲਤ ਦਾਰੂ ਪਾਓ ਨਾ ਲਾਈਫ ਸਟਾਈਲ ਧਿਆਨ ਰੱਖੋ ਕੋ ਜਿਹੜੀਆਂ ਜ਼ਿਆਦਾ ਮਜਬੂਰੀ ਜਿਹੀ ਗੱਲਾਂ ਕਰਨੀਆਂ ਕਰੋ ਜਿਹੜੀਆਂ ਨਹੀਂ ਉਹਨਾਂ ਤੋਂ ਬਚੋ ਤੇ ਤੁਸੀਂ ਬਹੁਤ ਕੁਝ ਜ਼ਿੰਦਗੀ ਚ ਕਾਲੇ ਮੋਤੀ ਉਹ ਤੇ ਪਛਾ ਸਕਦੇ ਹੋ ਸ਼ੂਗਰ ਤੋਂ ਵੀ ਪਛਾ ਸਕਦੇ ਹੋ ਤੇ ਆਪਣੀ ਜੇਬ ਵੀ ਬਚਾ ਸਕਦੇ ਹੋ ਬਹੁਤ ਕੁਝ ਬਚਾ ਸਕਦੇ ਸਭ ਤੋਂ ਵੱਡੀ ਗੱਲ ਸਿਆਣੇ ਹੋ ਜਾਓ ਬਸ ਸੂਝਵਾਨ ਹੋ ਜਾਓ ਤਰੂ ਕੋਈ ਲੁੱਟ ਲਾ ਸਕੇ ਕਿਉਂਕਿ ਲੁੱਟਣ ਵਾਲਾ ਫੇਰ ਵੀ ਦੱਸਦਾ ਉਹ ਬੜਾ ਸ਼ਾਤਰ ਹੈ ਜੇ ਤੁਸੀਂ ਬੜੇ ਭੋਲੇ ਹੋ ਤੇ ਤੁਸੀਂ ਉਹ ਉਹ ਜਿਹੜਾ ਲੁੱਟਣ ਵਾਲਾ ਉਹ ਕੋਈ ਵੀ ਹੋ ਸਕਦਾ ਹੈ ਇਹ ਨਹੀਂ ਕੋਈ ਸਾਰੇ ਰਾਤ ਚੰਗੇ ਹੁੰਦੇ ਆ ਕੋਈ ਸਾਰੇ ਲੁਟੇਰੇ ਚ ਮਾੜੇ ਹੁੰਦੇ ਆ ਜਾਂ ਸਾਰੇ ਪੁਲਿਸ ਵਾਲੇ ਚੰਗੇ ਹੁੰਦੇ ਮਾੜੇ ਇਹ ਗਲਤ ਗੱਲ ਹੈ ਸਾਇਟੀ ਵਿੱਚ ਇਹ ਪਰਸੈਂਟੇਜ ਹੋ ਸਕਦੀ ਆ ਕਦੀ ਡਾਕਟਰ ਸਾਰੇ ਚੰਗੇ ਨਹੀਂ ਹੋਏ ਕਦੀ ਸਾਰੇ ਲੋਟੇਰੇ ਚੰਗੇ ਨਹੀਂ ਲੋਟੇਰੇ ਵੀ ਕੁਝ ਚੱਕੇ ਹੁੰਦੇ ਸੋ ਇਹ ਆਪਾਂ ਨੂੰ ਉਹਦੀ ਐਨਾਲਿਸਿਸ ਕਰਨੀ ਹੈ ਦੇਖਣਾ ਇਹ ਮੇਰਾ ਸੁਨੇਹਾ ਲਾਸਟ ਹੈ ਬਹੁਤ ਸੂਜਮਾਨ ਬੜ ਜਾਓ ਧਿਆਨ ਦਿਓ ਹਰ ਗੱਲ ਬਾਰੇ ਇਹ ਨਾ ਹੋਵੇ ਤੁਸੀਂ ਮੇਰੇ ਕੋਲ ਆ ਕੇ ਮੈਂ ਪੁੱਛਿਆ ਜੀ ਤੁਹਾਨੂੰ ਕੀ ਤਕਲੀਫ ਹੈ ਜੀ ਪਤਾ ਨਹੀਂ ਕਹਿੰਦੇ ਹੁੰਦੇ ਸੀ ਸਾਨੂੰ ਕਾਲਾ ਮੋਤੀ ਆ ਤੇ ਮੈਂ ਕੀ ਕਰਾਂ ਉਹ ਕੁਝ ਨਹੀਂ ਜੀ ਪਤਾ ਨਹੀਂ ਉਹਨਾਂ ਨੂੰ ਕੁਝ ਕੀਤਾ ਸੀਗਾ ਇਹ ਇਹ ਨਹੀਂ ਗੱਲ ਹੋਣੀ ਚਾਹੀਦੀ ਡਾਕਟਰ ਨੂੰ ਪੁੱਛੋ ਸਵਾਲ ਮੈਨੂੰ ਕੀ ਹੈ ਮੈਨੂੰ ਕੀ ਇਲਾਜ ਚੱਲ ਰਿਹਾ ਇਹਦਾ ਕੀ ਹੋਣਾ ਇਹ ਇਹ ਬਹੁਤ ਜ਼ਿਆਦਾ ਸੂਝਮਾਨ ਦੀ ਗੱਲ ਹੈ ਕਿ ਸੂਝਮਾਨ ਬਣੋ ਬਸ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਬਹੁਤ ਸ਼ੁਕਰੀਆ ਜੀ ਤੁਸੀਂ ਸਮਾਂ ਦਿੱਤਾ ਧੰਨਵਾਦ ਧੰਨਵਾਦ ਡਾਕਟਰ ਬਲਬੀਰ ਸਿੰਘ ਪੋਰਾ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਸੀ 50 ਸਾਲ ਦਾ ਇਹਨਾਂ ਕੋਲ ਤਜਰਬਾ ਹੈਗਾ ਤੇ ਬਹੁਤ ਸਾਰੇ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਕਿਉਂਕਿ ਪ੍ਰੋਗਰਾਮ ਦੀ ਇੱਕ ਸਮਾਂ ਸੀਮਾ ਹੈ ਤੇ ਉਸ ਤੋਂ ਬਾਅਦ ਤੁਹਾਡੇ ਬਹੁਤ ਸਾਰੇ ਸਵਾਲ ਤੁਹਾਡੇ ਜ਼ਿਹਨ 'ਚ ਹੋਣਗੇ ਡਾਕਟਰ ਸਾਹਿਬ ਦੇ ਨੰਬਰ ਟੈਲੀਵਿਜ਼ਨ ਸਕਰੀਨ ਦੇ ਉੱਤੇ ਚੱਲ ਰਹੇ ਨੇ ਤੇ ਤੁਸੀਂ ਉਹਨਾਂ ਨੰਬਰਾਂ ਦੇ ਉੱਤੇ ਫੋਨ ਕਰਕੇ ਵੀ ਇਹਨਾਂ ਨਾਲ ਗੱਲਬਾਤ ਜਿਹੜੀ ਉਹ ਕਰ ਸਕਦੇ ਹੋ ਫਿਲਹਾਲ ਮੈਨੂੰ ਅਨੰਦਪ੍ਰੀਤ ਸਿੰਘ ਨੂੰ ਇੱਥੇ ਦਿਓ ਇਜਾਜ਼ਤ ਦੇ ਦੇਵੋ ਪ੍ਰਾਈਮਰੀ ਸ਼ਾਹ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ